ਅਸਲਾਮੁ ਅਲੈਕੁਮ ਵਰਹਿਮਤੁਲਲਾਹ ਵਬਰਕਾਤੁਹ। ਉਮੀਦ ਕਰਨਾ ਜੀ ਸਾਰੇ ਵੇਖਣ ਵਾਲੇ ਸੁਣਨ ਵਾਲੇ ਖੈਰ ਵਾਫੀਅਤ ਨਾਲ ਹੋਸਨ। ਅਤੇ ਅੱਜ ਕੁਛ ਜੋ ਸਾਰਾ ਦਿਨ ਭਰ ਸੂਰਤ ਹਾਲ ਰਹੀ ਆ ਮੁਲਕੀ ਔਰ ਬਾਹਰ, ਉਸ ਦੇ ਬਾਰੇ ਕੁਛ ਚੰਦ ਚੀਜ਼ਾਂ ਗਿਣ ਕੇ ਤੁਸੀਂ ਖਿਦਮਤ ਹਾਜ਼ਰ ਆ। ਅਤੇ ਸਭ ਤੋਂ ਪਹਿਲੇ ਰਾਤ ਨਾਲ ਜਿਹੜਾ ਬਹੁਤ ਰੌਲਾ ਪਿਆ ਹੋਇਆ, ਇਰਾਨ ਨੇ ਜੋ ਹਮਲਾ ਕੀਤਾ ਇਸਰਾਈਲ 'ਤੇ, ਉਸਨੇ ਬਾਰੇ ਕੋਈ ਯਾਨੀ ਕਿ ਜ਼ਿਕਰ ਕਰਸਾਂ। ਅਤੇ ਇਰਾਨ ਨੇ ਜਿਹੜਾ ਇਸਰਾਈਲ 'ਤੇ ਹਮਲਾ ਕੀਤਾ, ਉਸ 'ਤੇ ਕੁਛ ਮੁਖਤਸਰ ਜਿਹੇ ਆਦਾਦ ਸ਼ੁਮਾਰ ਜਿਹੜੇ ਨਾ ਉਹ ਇਕੱਠੇ ਕੀਤੇ ਨੇ ਅਤੇ ਉਹ ਤੁਸੀਂ ਖਿਦਮਤ ਵਿੱਚ ਪੇਸ਼ ਕਰੇ ਆ। ਇਰਾਨ ਨੇ ਪਾਸੋਂ 331 ਮਿਜ਼ਾਇਲ ਅਤੇ ਡਰੋਨ ਇਸ ਹਮਲੇ ਦੇ ਵਿੱਚ ਇਸਤੇਮਾਲ ਹੋਏ ਅਤੇ 185 ਡਰੋਨ ਦੇ ਵਿੱਚੋਂ 185 ਦੇ 85 ਜਿਹੜੇ ਨੇ ਉਹਨਾਂ ਕੋਲ ਫਿਜ਼ਾ ਦੇ ਵਿੱਚ ਉਹਨਾਂ ਯਾਨੀ ਕਿ ਮਾਰ ਕੇ ਡਾ ਛੋੜਾ। 110 ਬਲਸਟਿਕ ਮਿਜ਼ਾਇਲ ਇਸਰਾਈਲ ਦੀ ਤਰਫ ਜਿਹੜਾ ਤਾਂ ਇਰਾਨ ਨੇ ਜੀ ਭੇਜੇ ਨੇ, ਜਿਹਨਾਂ ਦੇ ਵਿੱਚੋਂ 103 ਮਿਜ਼ਾਇਲ ਜਿਹੜੇ ਨੇ ਉਹ ਫਿਜ਼ਾ ਦੇ ਵਿੱਚ ਹੀ ਤਬਾਹ ਕਰ ਦਿੱਤੇ ਗਏ ਨੇ ਅਤੇ 36 ਕਰੂਜ਼ ਮਿਜ਼ਾਇਲ ਜਿਹੜੇ ਨਾ ਉਹ ਇਰਾਨ ਨੇ ਯਾਨੀ ਕਿ ਉਸ 'ਤੇ ਸੱਟੇ ਵੇ ਨੇ ਇਸਰਾਈਲ 'ਤੇ, ਅਤੇ ਉਹਨਾਂ ਦੇ ਵਿੱਚੋਂ 36 ਅਤੇ 36 ਜਿਹੜੇ ਨੇ ਉਹ ਫਿਜ਼ਾ ਦੇ ਵਿੱਚ ਹੀ ਯਾਨੀ ਕਿ ਉਹਨਾਂ ਅਗਲੇ ਤਬਾਹ ਕਰ ਛੋੜੇ ਨੇ। ਲਬਨਾਨ ਅਤੇ ਇਰਾਨ ਦੇ ਜਿਹੜੇ ਮਜਮੂਈ ਤੌਰ 'ਤੇ ਟੋਟਲ 7 ਬਲਸਟਿਕ ਮਿਜ਼ਾਇਲ ਜਿਹੜੇ ਨੇ ਇਸਰਾਈਲ ਦੀ ਸਰਹੱਦ ਦੇ ਅੰਦਰ ਬਣ ਕੇ ਡਟੇ ਨੇ, ਤਾਹਮ ਉਸ ਦੇ ਨਾਲ ਕੋਈ ਕਿਸੇ ਕਿਸਮ ਦਾ ਜਾਨੀ ਜਾਂ ਮਾਲੀ ਨੁਕਸਾਨ ਦੀ ਇਤਲਾਹ ਨਹੀਂ। ਇਸਰਾਈਲ ਕੋਲ ਇਰਾਨ 'ਤੇ ਇਸ ਯਾਨੀ ਕਿ ਹਮਲਾ ਜਿਹੜਾ ਉਹ ਜਵਾਬੀ ਹਮਲਾ ਕੀਤਾ, ਕਿਉਂਕਿ ਪਹਿਲ ਤਾਂ ਇਸਰਾਈਲ ਕੀਤੀ ਆਈ, ਉਸ ਕੋ ਇਸ ਹਮਲੇ ਕੋ ਰੋਕਣ ਵਾਸਤੇ $1 ਬਿਲੀਅਨ ਤੋਂ ਜ਼ਾਇਦ ਆਇਰਨ ਡੋਮ ਇੰਟਰਸੈਪਟਰ ਮਿਜ਼ਾਇਲ ਇਸਤੇਮਾਲ ਕਰਨਾ ਪੈਣ, ਯਾਨੀ ਕਿ ਬੰਦੇ ਇਹ ਗੱਲ ਕਰ ਰਹੇ ਨੇ ਕਿ ਜੀ ਉਸ ਕੋ ਕੁਛ ਵੀ ਨਹੀਂ ਜੀ, ਜਾਨੀ ਨੁਕਸਾਨ ਨਹੀਂ ਹੋਇਆ, ਮਾਲੀ ਨੁਕਸਾਨ ਨਹੀਂ ਹੋਇਆ, ਲੇਕਿਨ ਉਹ ਸਿਰਫ ਯਾਨੀ ਕਿ ਉਹਨਾਂ ਦੇ ਜਿਹੜੇ ਡਰੋਨ ਹੈ ਔਰ ਮਿਜ਼ਾਇਲ ਹੈ ਉਹਨਾਂ ਕੋਲ ਡਾਵਣ ਵਾਸਤੇ ਔਰ ਰੋਕਣ ਵਾਸਤੇ $1 ਬਿਲੀਅਨ ਤੋਂ ਜ਼ਿਆਦਾ ਇਸਰਾਈਲ ਨਾਲ ਯਾਨੀ ਕਿ ਖਰਚਾ ਹੋਇਆ। ਔਰ ਸਭ ਤੋਂ ਵੱਡੀ ਗੱਲ ਇਹ ਕਿ ਅਸੀਂ ਆਮ ਵੇਖਦੇ ਹਾਂ ਕਿ ਅਗਰ ਕੋਈ ਕਹਿੰਦਾ ਲਾਡਲਾ ਬੇਟਾ ਹੋਵੇ ਜਾਂ ਲਾਡਲਾ ਪੁੱਤਰ ਹੋਵੇ ਅਤੇ ਉਸਨੇ ਮਾੜੀ ਜਿਹੀ ਯਾਨੀ ਕਿ ਉਸਾਂ ਕੋਈ ਉਹ ਚਾਹ ਕਰੇ ਨਾ ਤਾਂ ਉਹ ਵੀ ਬਹੁਤ ਸਾਰੀ ਗੱਲ ਥੀ ਵੈਨੀ, ਅਗਰ ਚੇ ਬਾਤ ਲੋਕ ਆਉਂਦੀ ਪੈਂਦੀ ਹੈ ਡਰਾਮਾ ਅਤੇ ਇਹ ਵੋ ਹੈ, ਲੇਕਿਨ ਸਿਰਫ ਵੇਖੋ ਇਸਰਾਈਲ ਉੱਤੇ ਇੱਕ ਹਮਲਾ ਕਰਨਾ ਅਤੇ ਉਸਦੇ ਜਿਹੜੇ ਅੱਬੇ ਵੇ ਔਰ ਉਹ ਜਿਹਨਾਂ ਦਾ ਲਾਡਲਾ ਪੁੱਤਰ ਹੈ ਉਹਨਾਂ ਦੀਆਂ ਚੀਖਾਂ ਸੁਣ ਕੇ ਤਾਂ ਅੰਦਾਜ਼ਾ ਹੋ ਪੈਣਾ ਕਿ ਇਹ ਸੱਟ ਕਿੱਥੇ ਜਾ ਕੇ ਅਤੇ ਲੱਗੀ ਹੈ। ਅਤੇ ਇਸਰਾਈਲ ਔਰ ਇਹ ਹਮਲੇ ਦੀ ਵਜ੍ਹਾ ਤੋਂ ਯਾਨੀ ਕਿ ਫਿਜ਼ਾਈ ਹਦੂਦ ਜਿਹੜੀ ਹੈ ਇਸਰਾਈਲ, ਉਰਦਨ, ਲਬਨਾਨ ਅਤੇ ਇਰਾਨ ਇਹਨਾਂ ਬੰਦ ਕਰ ਦਿੱਤੀ ਗਈ, ਇੱਥੋਂ ਕੋਈ ਕਿਸੇ ਮੁਲਕ ਦਾ ਜਹਾਜ਼ ਇਹਨਾਂ ਦੀ ਫਿਜ਼ਾਈ ਹਦੂਦ ਇਸਤੇਮਾਲ ਨਹੀਂ ਕਰ ਰਿਹਾ, ਤਾਂ ਉਹ ਸਾਰਾ ਕੁਝ ਜਿਹੜਾ ਸਾਊਦੀ ਅਰਬ ਦੇ ਉੱਤੋਂ ਸਾਰੇ ਦੁਨੀਆ ਦੇ ਜਹਾਜ਼ ਜਿਹੜੇ ਉਹਨਾਂ ਨੇ ਸਾਊਦੀ ਅਰਬ ਦੀ ਫਿਜ਼ਾਈ ਹਦੂਦ ਜਿਹੜੀ ਇਸਤੇਮਾਲ ਕੀਤੀ ਹੈ। ਅਤੇ ਉਰਦਨ ਉਹ ਮੁਲਕ ਆ ਜਿਹੜਾ ਕਿ ਖੁੱਲ੍ਹ ਕੇ ਇਸਰਾਈਲ ਦੇ ਨਾਲ ਹੋਇਆ ਔਰ ਉਰਦਨ ਦੀ ਫਿਜ਼ਾ ਦੇ ਵਿੱਚ ਹੀ ਜ਼ਿਆਦਾਤਰ ਇਰਾਨੀ ਜਿਹੜਾ ਨਾ ਮਿਜ਼ਾਇਲ ਔਰ ਡਰੋਨ ਵਗੈਰਾ ਉਹ ਉੱਥੇ ਹੀ ਗਿਰਾਏ ਗਏ, ਉਸ ਆਪਣੀ ਫਿਜ਼ਾਈ ਹਦੂਦ ਅਮਰੀਕਾ ਔਰ ਇਸਰਾਈਲ ਕੋ ਇਸਤੇਮਾਲ ਕਰਨ ਦੀ ਇਜਾਜ਼ਤ ਦਿੱਤੀ ਔਰ ਇਸ ਵਜ੍ਹਾ ਤੋਂ ਯਾਨੀ ਕਿ ਖੁੱਲ੍ਹ ਕੇ ਇਸਰਾਈਲ ਦੇ ਨਾਲ ਖਲੋਤਾ ਹੋਏ। ਔਰ ਇੱਕ ਯਾਨੀ ਕਿ ਇੱਕ ਗੱਲ ਤਾਂ ਕਲੀਅਰ ਹੋ ਗਈ ਇਸ ਨਾਲ ਕਿ ਪਤਾ ਚੱਲ ਗਿਆ ਪੂਰੀ ਦੁਨੀਆ ਦੇ ਵਿੱਚ ਕਿ ਕਿਹੜਾ ਬੰਦਾ ਇਸਰਾਈਲ ਦੇ ਨਾਲ ਹੈ, ਕਿਹੜਾ ਬੰਦਾ ਫਲਸਤੀਨ ਦੇ ਨਾਲ ਹੈ। ਇਰਾਨ ਦੇ ਇਸ ਇਕਦਾਮ ਦੀ ਵਜ੍ਹਾ ਤੋਂ ਇਹ ਗੱਲ ਸਾਹਮਣੇ ਆ ਗਈ। ਅੱਛਾ, ਉਹ ਯਾਨੀ ਕਿ ਹੁਣ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ, ਤਰ੍ਹਾਂ ਤਰ੍ਹਾਂ ਦੇ ਤਬਸਰੇ ਹੋ ਰਹੇ ਨੇ, ਕੁਝ ਬੰਦੇ ਆਖਦੇ ਜੀ ਇਹ ਡਰਾਮਾ ਆ, ਕੁਝ ਆਖਦੇ ਜੀ ਯਾਨੀ ਕਿ ਨਹੀਂ ਜੀ ਇਹ ਬਹੁਤ ਜ਼ਬਰਦਸਤ ਕੰਮ ਹੋਇਆ, ਕੋਈ ਯਾਨੀ ਕਿ ਹਰ ਬੰਦੇ ਦੀ ਆਪਣੀ ਆਪਣੀਆਂ ਇੱਕ ਕਹਾਣੀਆਂ ਔਰ ਖਸੂਸਨ ਇਹ ਸਿਰਫ ਪਾਕਿਸਤਾਨ ਦੇ ਵਿੱਚ ਜ਼ਿਆਦਾ ਇਹ ਹੋ ਰਿਹਾ ਕਿ ਉਹ ਜ਼ਿਆਦਾ ਆਖਦੇ ਜੀ ਇਹ ਡਰਾਮਾ ਵਾਂ ਅਤੇ ਇੰਜੇ ਵੇ ਤਿੰਜੇ। ਅੱਛਾ, ਤੁਸੀਂ ਪਾਕਿਸਤਾਨ ਦੇ ਸੋਸ਼ਲ ਮੀਡੀਆ 'ਤੇ ਟਰੈਂਡ ਵੇਖੋ ਅਗਰ, ਅਤੇ ਹਾਲਾਂਕਿ ਦੁਨੀਆ ਦੇ ਵਿੱਚ ਇਹ ਕੁਛ ਹੋ ਰਿਹਾ, ਲੇਕਿਨ ਪਾਕਿਸਤਾਨੀਆਂ ਦਾ ਜਿਹੜਾ ਜ਼ਿਆਦਾ ਵੇ ਉਹ ਕੋਈ ਹਰੀਮ ਸ਼ਾਹ ਦਾ ਕੋਈ ਵੀਡੀਓ ਯਾਨੀ ਕਿ ਵਾਇਰਲ ਹੋਇਆ ਪਿਆ ਔਰ ਉਹ ਉਸ ਟੋਟੇ ਦੀ ਲੱਭਣ ਦੀ ਤਲਾਸ਼ ਵਿੱਚ ਜ਼ਿਆਦਾਤਰ ਹਨ
ਉਹਨਾਂ ਕੋਲ ਦੁਨੀਆ ਦੇ ਨਾਲ ਕੋਈ ਗਰਜ਼ ਨਹੀਂ, ਔਰ ਉਹ ਆਪਣੀ ਮਸਤੀ 'ਚ ਮਸਤ ਹਨ, ਔਰ ਉਹਨਾਂ ਕੋਲ ਇਹ ਆ ਕਿ ਜੀ ਫਲਸਤੀਨ 'ਚ ਕੀ ਹੋ ਰਿਹਾ ਅਤੇ ਯੇ ਵੋ, ਅਤੇ ਇਰਾਨ ਜਾਣੇ ਅਤੇ ਇਸਰਾਈਲ ਜਾਣੇ ਅਤੇ ਫਲਸਤੀਨ ਜਾਣੇ ਅਤੇ ਸਾਰੀ ਦੁਨੀਆ ਜਾਣੇ, ਅਤੇ ਯਾਰ ਉਹ ਤਾਂ ਸਾਰਾ ਕੁਝ ਨਾ ਹਰੀਮ ਸ਼ਾਹ ਦੇ ਟੋਟੇ ਲੱਭਣ 'ਚ ਲੱਗੇ ਪੈਣ। ਅਤੇ ਸਾਡਾ ਜਿਹੜਾ ਜਮਾਤ ਇਸਲਾਮੀ ਦੇ ਸਾਬਕਾ ਸੈਨੇਟਰ ਹੈ ਹੁਣ ਤਾਂ ਉਹ ਰਹਿ ਗਏ ਮੁਸ਼ਤਾਕ ਅਹਿਮਦ, ਉਹਨਾਂ ਸ਼ਾਹਉਰਦਨ ਜਿਹੜਾ ਅਬਦੁੱਲਾ ਵੇ ਜਿਸ ਕੋਲ ਕਿ ਇਸਰਾਈਲ ਨੇ ਸਾਥ ਦਿੱਤਾ, ਉਸ ਵਾਸਤੇ ਇੱਕ ਐਕਸ ਦੇ ਉੱਤੇ ਟਵਿੱਟਰ 'ਤੇ ਯਾਨੀ ਕਿ ਗਦਾਰ ਇਬਨੇ ਗਦਾਰ ਇਬਨੇ ਗਦਾਰ ਉਸ ਲਿਖਿਆ, ਜਿਹੜਾ ਕਿ ਪੂਰੀ ਦੁਨੀਆ 'ਚ ਉਹ ਵਾਇਰਲ ਹੋ ਗਿਆ, ਅਤੇ ਉਹ ਯਾਨੀ ਕਿ ਹਰ ਇਰਾਨ ਇਰਾਕ ਫਲਸਤੀਨ ਔਰ ਜਿੱਥੇ ਜਿੱਥੇ ਮੁਸਲਮਾਨ ਹਨ ਉਹ ਸਾਰਿਆਂ ਉਸ 'ਤੇ ਫੋਟੋ ਲਾ ਕੇ, ਅਤੇ ਅਬਦੁੱਲਾ ਸ਼ਾਹ ਉਰਦਨ ਜਿਹੜਾ ਵਾ ਉਸ 'ਤੇ ਫੋਟੋ ਲਾ ਕੇ, ਅਤੇ ਵਹੀ ਗਦਾਰ ਇਬਨੇ ਗਦਾਰ ਇਬਨੇ ਗਦਾਰ ਯਾਨੀ ਕਿ ਉਹ ਹਰ ਕਿਸੇ ਨੇ ਉਸੇ ਫੋਟੋ ਨਾਲ ਲਿਖਣਾ ਸ਼ੁਰੂ ਕਰ ਦਿੱਤਾ। ਅਤੇ ਚਲੋ ਕਿਸੇ ਬੰਦੇ ਨੇ ਤਾਂ ਪਾਕਿਸਤਾਨ 'ਚ ਵੀ ਕੋਈ ਐਸੀ ਗੱਲ ਕੀਤੀ ਜਿਹੜੀ ਪੂਰੀ ਦੁਨੀਆ 'ਚ ਵਾਇਰਲ ਹੋ ਗਈ ਹੈ, ਅਤੇ ਇਸੇ ਅੱਛਾ ਇਹ ਯਾਨੀ ਕਿ ਜਿਹੜੇ ਸੈਨੇਟਰ ਮੁਸ਼ਤਾਕ ਅਹਿਮਦ ਨੇ ਇਸੇ ਵਜ੍ਹਾ ਤੋਂ ਇਹਨਾਂ ਕੋਲ ਯਾਨੀ ਕਿ ਦੁਬਾਰਾ ਸੈਨੇਟਰ ਨਹੀਂ ਬਣਾਇਆ ਜਾ ਸਕਾ। ਵੈਸੇ ਜਮਾਤ ਇਸਲਾਮੀ ਯਾਨੀ ਕਿ ਉਸ ਦੀਆਂ ਕੋਈ ਸੀਟਾਂ ਵੀ ਉਸ ਤਰ੍ਹਾਂ ਨਹੀਂ ਆਈਆਂ, ਲੇਕਿਨ ਇੱਕ ਇਹ ਵੀ ਹੈ ਕਿ ਉਸ ਤੋਂ ਦੂਰ ਹੋ ਗਏ ਸੈਨਟ ਵਗੈਰਾ ਤੋਂ, ਜਾਂ ਇਹਨਾਂ ਦਾ ਕੋਈ ਮਸਲਾ ਨਹੀਂ, ਕਿਉਂਕਿ ਇਸ ਤਰ੍ਹਾਂ ਦੀਆਂ ਗੱਲਾਂ ਇਹ ਕਰਦੇ ਹਨ, ਅਤੇ ਇਹਦੀਆਂ ਗੱਲਾਂ ਅੱਜ ਕੱਲ੍ਹ ਜਿਹੜੀਆਂ ਤਾਂ ਪਾਕਿਸਤਾਨ ਹੈ ਅਤੇ ਨਾਕਾਬਲੇ ਬਰਦਾਸ਼ਤ ਹਨ। ਅੱਛਾ, ਅਫਗਾਨ ਤਾਲਿਬਾਨ ਦਾ ਜਿਹੜਾ ਤਰਜਮਾਨ ਹੈ ਉਹਨਾਂ ਵੀ ਬਿਆਨ ਦਿੱਤਾ ਕਿ ਜੀ ਅਸੀਂ ਇਰਾਨ ਦੀ ਇਸਰਾਈਲ ਦੇ ਉੱਤੇ ਫਤਿਹ ਵਾਸਤੇ ਦੁਆ ਗੋ ਹਾਂ, ਅਤੇ ਇੱਕ ਅਸੀਂ ਹਾਂ ਜੀ ਪਾਕਿਸਤਾਨ ਮਾਸ਼ਾਅੱਲਾ ਸਾਡਾ ਵੀ ਬਹੁਤ ਸ਼ਦੀਦ ਤਰੀਨ ਰੱਦ ਅਮਲ ਆਇਆ। ਪਾਕਿਸਤਾਨ ਦਾ ਰੱਦ ਅਮਲ ਵੇਖੋ ਕਿ ਉਸ ਆਖਿਆ ਜੀ ਦੋਨਾਂ ਫਰੀਕਿਆਂ ਨੂੰ ਅਸੀਂ ਆਖਦੇ ਹਾਂ ਕਿ ਤਹਮਲ ਦਾ ਮੁਜ਼ਾਹਰਾ ਕਰਨ, ਯਾਨੀ ਕਿ ਹਾਲ ਵੇਖੋ ਇਹ ਅਸੀਂ ਪਾਕਿਸਤਾਨ ਹਾਂ ਅਤੇ ਅਸੀਂ ਇਸਲਾਮ ਦੇ ਸਾਰੇ ਠੇਕੇਦਾਰ ਬਣੇ ਹੋਏ ਹਾਂ, ਅਤੇ ਯਾਨੀ ਕਿ ਇਹ ਸੂਰਤ ਹਾਲ ਹੈ ਕਿ ਅਸੀਂ ਖੁੱਲ੍ਹ ਕੇ ਯਾਨੀ ਕਿ ਇਸਰਾਈਲ ਦੇ ਖਿਲਾਫ ਅਸੀਂ ਬਿਆਨ ਵੀ ਨਹੀਂ ਦੇ ਸਕਦੇ। ਬਹਰਹਾਲ ਅਸੀਂ ਵੀ ਆਪਣੀਆਂ ਕੀਤੀਆਂ, ਅਤੇ ਇਮਰਾਨ ਰਿਆਜ਼ ਨਾ ਆਇਆ ਬਿਆਨ, ਉਸ 'ਤੇ ਆਈ ਆ ਜੀ ਵੀਡੀਓ ਕਿ ਇਸਰਾਈਲ ਦੇ ਉੱਤੇ ਇਰਾਨੀ ਹਮਲੇ ਦਾ ਸਭ ਤੋਂ ਵੱਡਾ ਫਾਇਦਾ ਇਹ ਹੋਇਆ ਕਿ ਦੁਨੀਆ ਜਾਣ ਗਈ ਕਿ ਕੌਣ ਕਿੱਥੇ ਅਤੇ ਕਹਿੰਦੇ ਨਾਲ ਖਲੋਤਾ ਵੇ। ਅੱਛਾ, ਇੱਕ ਤਾਂ ਇਹ ਗੱਲ ਹੋ ਗਈ। ਉਸ ਤੋਂ ਬਾਅਦ ਜੀ ਇੱਕ ਹੋਰ ਖਬਰ ਅੱਜ ਨਜ਼ਰ 'ਚ ਗੁਜ਼ਰੀ, ਲਾਹੌਰ ਨੇ ਵਿੱਚ ਨਾਮਲੂਮ ਅਫਰਾਦ, ਇੱਕ ਤਾਂ ਪਾਕਿਸਤਾਨ ਯਾਨੀ ਕਿ ਇੱਥੇ ਨਾਮਲੂਮ ਅਫਰਾਦ ਜਿਹੜੇ ਨਾ ਉਹਨਾਂ ਦਾ ਯਾਨੀ ਕਿ ਮਰਕਜ਼ ਇਹ ਹੈ, ਅਤੇ ਹੋਈ ਸਾਰਾ ਕੁਝ ਜੀ ਕਰ ਪੈਂਦੇ ਨੇ, ਪਤਾ ਨਹੀਂ ਅਤੇ ਇੱਥੇ ਕੋਈ ਫਰਿਸ਼ਤੇ ਆਏ ਹੋਏ ਨੇ ਜਾਂ ਕਿ ਬਹਰਲ ਨਾਮਲੂਮ ਹੈ। ਉਹਨਾਂ ਇੱਕ ਬੰਦੇ ਕੋਲ ਕਤਲ ਕੀਤਾ, ਅਤੇ ਬੰਦਾ ਹੋਵੇ ਜਿਸ 2013 ਦੇ ਵਿੱਚ ਜੇਲ੍ਹ ਦੇ ਵਿੱਚ ਭਾਰਤੀ ਜਸੂਸ ਅਤੇ ਦਹਿਸ਼ਤਗਰਦ ਸਰਬਜੀਤ ਸਿੰਘ ਕੋ ਕਤਲ ਕੀਤਾ ਹੈ, ਜਿਸ ਦਾ ਨਾਮ ਮੁਲਜ਼ਮ ਹੈ ਆਮਿਰ ਤਾਂਬਾ। ਉਸਦੇ ਘਰ ਦੇ ਵਿੱਚ ਵੰਜ ਕੇ ਅਤੇ ਜੀ ਗੋਲੀਆਂ ਮਾਰ ਕੇ ਅਤੇ ਉਸ ਬੰਦੇ ਕੋ ਕਤਲ ਕਰ ਦਿੱਤਾ, ਅਤੇ ਫਾਇਰਿੰਗ ਕਰਕੇ ਅਤੇ ਕਤਲ ਕਰਕੇ ਅਤੇ ਉਹ ਜਨਾਬ ਫਰਾਰ ਹੋ ਗਏ। ਹੁਣ ਕੱਲ੍ਹ ਕਿ ਉੱਥੇ ਸ਼ਾਇਦ ਇਹ ਵੀ ਇਹ ਹੀ ਨਿਕਲੇ ਕਿ ਜੀ ਉਹ ਇੰਡੀਆ ਵਾਲੇ, ਜਿਹਦੀ ਉਹ ਪਹਿਲੇ ਖਬਰ ਆਈ ਕਿ 20 ਬੰਦੇ ਪਾਕਿਸਤਾਨ ਦੇ ਵਿੱਚ ਆ ਕੇ ਅਤੇ ਉਹਨਾਂ ਮਾਰ ਦਿੱਤੇ ਟਾਰਗੇਟ ਕਿਲਿੰਗ, ਅਤੇ ਇਹ ਵੀ ਕੋਈ ਉਸੇ ਸਿਲਸਿਲੇ ਦੀ ਕੜੀ ਲੱਗਣੀ, ਅਤੇ ਹੋਰ ਪਾਕਿਸਤਾਨ ਜਾਂ ਹੋਰ ਉਸ ਕਿਸ ਬੰਦਿਆਂ ਕਹਿਣ ਨਾਲ ਉਸ ਕੀ ਹੈ ਉਸ ਮਾਰਿਆ, ਅਤੇ ਇੰਡੀਆ ਦਾ ਬੰਦਾ ਹੈ ਅਤੇ ਮੈਂ ਕੋਈ ਤਾਂ ਲੱਗਣਾ ਕਿ ਜੀ ਇੰਡੀਆ ਵਾਲੇ ਆਪਣਾ ਬਦਲਾ ਗਿਣ ਕੇ ਉਸਾਂ ਮਾਰ ਗਏ। ਅਤੇ ਉਸ ਤੋਂ ਬਾਅਦ ਜੀ ਮੁਸ਼ਾਹਿਦ ਹੁਸੈਨ ਸੈਯਦ ਸਾਹਿਬ ਜਿਹੜੇ ਨੇ ਸੈਨੇਟਰ, ਉਹਨਾਂ ਦਾ ਯਾਨੀ ਕਿ ਬਿਆਨ ਆਇਆ ਕਿ ਇਰਾਨ ਨੇ 350 ਡਰੋਨ ਅਤੇ ਮਿਜ਼ਾਇਲਾਂ ਨਾਲ ਹਮਲਾ ਕਰਕੇ ਇਸਰਾਈਲ ਦਾ ਇਹ ਭਰਮ ਤੋੜ ਦਿੱਤਾ ਕਿ ਉਹ ਅਨਟੱਚੇਬਲ ਹੈ, ਯਾਨੀ ਕਿ ਉਸਾਂ ਕੋਈ ਟੱਚ ਨਹੀਂ ਕਰ ਸਕਦਾ। ਇਰਾਨ ਪਿਛਲੇ 50 ਸਾਲਾਂ ਦੇ ਵਿੱਚ ਪਹਿਲਾ ਇਸਲਾਮੀ ਮੁਲਕ ਹੈ ਜਿਸ ਇਸਰਾਈਲ ਨੇ ਜਾਰਹੀਅਤ ਦਾ ਮੂੰਹ ਤੋੜ ਜਵਾਬ ਦਿੱਤਾ। 50 ਸਾਲ ਪਹਿਲੇ ਅਕਤੂਬਰ 1973 ਦੇ ਵਿੱਚ ਮਿਸਰ ਅਤੇ ਸ਼ਾਮ ਇਸਰਾਈਲੀ ਜਾਰਹੀਅਤ ਦੇ ਖਿਲਾਫ ਜੰਗ ਸ਼ੁਰੂ ਕੀਤੀ ਹੈ। ਅੱਛਾ ਜੀ, ਮਾਸ਼ਾਅੱਲਾ ਸਾਡਾ ਮੀਆਂ ਅਲੀ, ਉਹ ਹਮੇਸ਼ਾ ਹੀ ਇੱਕ ਕਾਲੇ ਖਬਰ ਰਹੀ ਕਿ ਇੱਕ ਜ਼ਿੰਦਾ ਬੰਦੇ ਦਾ ਜਨਾਜ਼ੇ ਦਾ ਐਲਾਨ ਕਰ ਦਿੱਤਾ, ਜਿਹੜਾ ਕਿ ਉਹ ਐਲਾਨ ਸੁਣ ਕੇ ਬੰਦਾ ਖੁਦ ਮਸਜਿਦ ਵਿੱਚ ਪਹੁੰਚ ਗਿਆ। ਔਰ ਅੱਜ ਦੀ ਖਬਰ ਹੈ ਕਿ ਕੁੰਦੀਆਂ ਪੁਲਿਸ ਦਾ ਜੂਏ ਦੇ ਵੱਡੇ ਅੱਡੇ 'ਤੇ ਛਾਪਾ। ਅੱਛਾ, ਕੁੰਦੀਆਂ ਪੁਲਿਸ ਜੀ ਡੇਰਾ ਕਲਿਆਰਾਂ ਵਾਲਾ ਦੇ ਵਿੱਚ ਮੁਰਗਾਂ ਦੀ ਲੜਾਈ 'ਤੇ ਜੂਏ ਦੇ ਅੱਡੇ 'ਤੇ ਛਾਪਾ ਮਾਰ ਕੇ ਅਤੇ 25 ਜਵਾਰੀਆਂ ਕੋ ਗ੍ਰਿਫਤਾਰ ਕਰ ਦਿੱਤਾ, ਅਤੇ 29 ਜਾਂ 30 ਜਿਹੜੇ ਬੰਦੇ ਨੇ ਉਹ ਜੂਆ ਖੇਡਣ ਵਾਲੇ ਮੌਕੇ ਤੋਂ ਫਰਾਰ ਹੋ ਗਏ।
ਪੁਲਿਸ ਮੌਕੇ ਤੋਂ 1,16,390 ਰੁਪਏ ਨਕਦ, 14 ਟੱਚ ਮੋਬਾਈਲ ਤੇ 8 ਅਦਦ ਬਟਨ ਵਾਲੇ ਮੋਬਾਈਲ ਤੇ 46 ਮੋਟਰਸਾਈਕਲ, ਇੱਕ ਵਿਗੋਡਾਲਾ, ਇੱਕ ਕਾਰ, ਇੱਕ ਕੈਰੀ ਡੱਬਾ ਤੇ 4 ਅਸੀਲ ਮੁਰਗੇ, 2 ਰਾਈਫਲਾਂ ਤੇ 117 ਕਾਰਤੂਸ ਤੇ ਰਿਪੀਟਰ ਬੰਦੂਕ ਤੇ ਪਿਸਤੌਲ। ਸਾਰੇ ਮਾਲ ਦੀ ਉਹਨਾਂ ਜਿਹੜੀ ਦੀ ਮਾਲੀਅਤ ਬਣਾਈ ਹੈ ਉਹ 2.5 ਕਰੋੜ ਹੈ। ਉਹ ਕਬਜ਼ੇ 'ਚ ਗਿਣ ਕੇ ਅਤੇ ਪਰਚਾ ਦਰਜ ਕਰ ਦਿੱਤਾ। ਹੁਣ ਜਵਾਰੀ ਹੈ ਜਾਂ ਨਹੀਂ ਹੈ, ਲੇਕਿਨ ਬਸ ਪੁਲਿਸ ਵਾਲਿਆਂ ਨੇ ਤਾਂ ਕੰਮ ਬਣ ਗਿਆ ਅਤੇ ਜਿਹੜੇ ਤਮਾਸ਼ਾਈ ਵੀ ਹੈ ਉਹਨਾਂ ਦੇ ਮੋਟਰਸਾਈਕਲ ਵੀ ਗਏ ਅਤੇ ਹੁਣ ਵੇਖੋ ਜੀ ਫਿਰ ਮਵੇ ਗਿਣਦੇ ਹੋ ਅਤੇ ਇਹ ਤਾਂ ਉਹ ਸੀ ਨਾ। ਅੱਛਾ ਅੱਜ ਦੀ ਖਬਰ ਆਈ ਹੈ ਜੀ, ਸ਼ਾਹਪੁਰ ਸਿਰਗੋਦਾ, ਮੀਆਂਵਾਲੀ ਤੋਂ ਸਿਰਗੋਦਾ ਵੰਜਣ ਵਾਲੀ ਬੱਸ ਕੋ ਸ਼ਾਹਪੁਰ ਦੇ ਕਰੀਬ ਹਾਦਸਾ ਆਇਆ ਹੋ ਗਿਆ ਅਤੇ ਤੇਜ਼ ਰਫਤਾਰੀ ਦੇ ਬਾਇਸ ਮੁਸਾਫਰ ਬੱਸ ਉਲਟ ਗਈ ਅਤੇ 14 ਬੰਦੇ ਜ਼ਖਮੀ ਹੋ ਗਏ। ਇਹ ਜਿਸ ਟਾਈਮ ਜਹਿਲ ਬੰਦਿਆਂ ਕੋਲ ਤੁਸੀਂ ਡਰਾਈਵਰ ਬਣਾ ਕੇ ਔਰ ਯਾਨੀ ਕਿ ਸ਼ੋਰ ਕੋਈ ਨਹੀਂ ਉਹਨਾਂ ਕੋਲ ਅਤੇ ਵਾਤੇ ਇਹਦੇ ਹਾਦਸੇ, ਉਸ ਨਾਲ ਅੱਲਾ ਨੇ ਬੜਾ ਕਰਮ ਕੀਤਾ ਕਿ ਬੰਦੇ ਜਿਹੜਾ ਤਾਂ ਬਚ ਗਏ, ਕੋਈ ਯਾਨੀ ਕਿ ਜਾਨੀ ਨੁਕਸਾਨ ਨਹੀਂ ਹੋਇਆ। 4 ਸ਼ਦੀਦ ਜ਼ਖਮੀ ਹਨ ਜਿਹਨਾਂ ਕੋਲ ਡਿਸਟ੍ਰਿਕਟ ਹਸਪਤਾਲ ਸਿਰਗੋਦਾ ਜਿਹੜਾ ਤਾਂ ਰੈਫਰ ਕਰ ਦਿੱਤਾ। ਬੱਸ ਮੀਆਂਵਾਲੀ ਤੋਂ ਸਿਰਗੋਦਾ ਵੈਣੀ ਪਈ ਹੈ। ਹਾਂਜੀ, ਪਾਕਿਸਤਾਨੀਆਂ ਦੇ ਹੋਰ ਕਾਰਨਾਮੇ ਵੇਖੋ। ਆਰਐਫ ਵਾਲੇ ਦੇ ਵਿੱਚ ਸ਼ਰਤ ਲਾਈ ਸੀ ਬੰਦੇ, ਸ਼ਰਤ ਤਾਂ ਉਹ ਜਿੱਤ ਗਿਆ ਲੇਕਿਨ ਜ਼ਿੰਦਗੀ ਨਾ ਰਹੀ, ਖੁਦ ਮਰ ਗਿਆ ਅਤੇ 50,000 ਦੀ ਸ਼ਰਤ ਦੇ ਉੱਤੇ ਕੀ ਬੰਦੇ ਨੇ ਆਪਣੀ ਜ਼ਿੰਦਗੀ ਖਤਮ ਕਰ ਛੋੜੀ। ਥਾਣਾ ਆਰਐਫ ਵਾਲੇ ਦੇ ਵਿੱਚ ਥਾਣਾ ਸਦਰ ਦਾ ਇਲਾਕਾ 75EB, ਦੋਸਤਾਂ ਦੇ ਨਾਲ ਸ਼ਰਤ ਲਾ ਕੇ ਅਤੇ 27 ਸਾਲ ਦਾ ਨੌਜਵਾਨ ਹੈ ਜੀ, ਉਸ ਡੀਜ਼ਲ ਪੀ ਕੀਤਾ ਅਤੇ ਮੁਰਤਜ਼ਾ ਨਾਂ ਆਇਆ ਜੀ ਬੰਦੇ ਦਾ, ਅਤੇ ਉਸ ਦੋਸਤਾਂ ਦੇ ਨਾਲ ਮਿਲ ਕੇ ਅਤੇ 1 ਲੀਟਰ ਡੀਜ਼ਲ ਪੀਵਣ ਦੀ ਸ਼ਰਤ ਲਾਈ ਗਈ ਅਤੇ ਡੀਜ਼ਲ ਪੀਵਣ ਦੇ ਨਾਲ ਹਾਲਤ ਵਿਗੜ ਗਈ ਅਤੇ ਤਸ਼ਵੀਸ਼ਨਾਕ ਹਾਲਤ ਵਿੱਚ ਹਸਪਤਾਲ ਮੁੰਤਕਲ ਕੀਤਾ ਜਿੱਥੇ ਕਿ ਉਹ ਫੌਤ ਹੋ ਗਿਆ। ਪੁਲਿਸ ਜੀ ਹੁਣ ਮਸਰੂਫ਼ ਤਫਤੀਸ਼ ਹੈ। ਅੱਛਾ, ਤੁਰਕੀ ਦੀ ਇੱਕ ਜੀ ਬੜੀ ਦਿਲਚਸਪ ਅਤੇ ਅਜੀਬ ਖਬਰ ਨਜ਼ਰ 'ਚ ਗੁਜ਼ਰੀ ਅੱਜ ਕਿ ਉੱਥੇ ਜਿਹੜੇ ਪੈਨਸ਼ਨਰ ਹਨ, ਬਜ਼ੁਰਗ ਯਾਨੀ ਕਿ ਬੂੜੇ ਲੋਕ ਬੁੱਢੇ, ਉਹਨਾਂ ਹਕੂਮਤ ਕੋਲ ਧਮਕੀ ਦਿੱਤੀ ਕਿ ਅਸੀਂ ਦੀ ਪੈਨਸ਼ਨ ਮਹਿੰਗਾਈ ਦੇ ਮੁਤਾਬਕ ਵਧਾਓ, ਨਾ ਤਾਂ ਅਸੀਂ ਕਹਿ 20 ਸਾਲ ਦੀ ਜਵਾਨ ਲੜਕੀ ਨਾਲ ਸ਼ਾਦੀ ਕਰ ਗਏ ਸਾਂ ਤਾਂ ਕਿ ਸਾਡੇ ਮਰਨ ਤੋਂ ਬਾਅਦ ਹਕੂਮਤ 40-50 ਸਾਲ ਬਾਅਦ ਵੀ ਪੈਨਸ਼ਨ ਦੇਵਣ 'ਤੇ ਮਜਬੂਰ ਹੋ ਸੀ। ਅਤੇ ਇਹ ਧਮਕੀ ਗਿਣ ਕੇ ਜੀ, ਧਮਕੀ ਸੁਣ ਕੇ ਅਤੇ ਹਕੂਮਤ ਉਹਨਾਂ ਦੀ 40% ਪੈਨਸ਼ਨ 'ਚ ਇਜ਼ਾਫਾ ਕਰ ਦਿੱਤਾ। ਕਰਾਚੀ ਦੇ ਵਿੱਚ ਅੱਜ ਵਾਤ ਜੀ, ਇੱਕ ਘਰ ਦੇ ਉੱਤੇ ਅਸਮਾਨੀ ਬਿਜਲੀ ਡਿੱਠੀ ਅਤੇ ਬਿਜਲੀ ਡਮਣ ਦੇ ਵਕਤ ਇਹ ਖੌਫਨਾਕ ਧਮਾਕਾ ਵੀ ਸੁਣਿਆ ਗਿਆ। ਘਰ ਨੂੰ ਸ਼ਦੀਦ ਨੁਕਸਾਨ ਅਤੇ ਸ਼ਹਿਰ ਦੇ ਵਿੱਚ ਖੌਫ ਰਾਸ ਫੈਲ ਗਿਆ। ਕੱਲ੍ਹ ਪਹਿਲੀ ਦਫ਼ਾ ਮੈਡੀ ਯਾਦ ਵਿੱਚ, ਔਰ ਸ਼ਾਇਦ ਤੁਸੀਂ ਸਾਰੇ ਕਿ ਕੱਲ੍ਹ ਪਾਕਿਸਤਾਨ ਦੀ ਤਾਰੀਖ ਤੋਂ ਉਹ ਦਿਨ ਆਇਆ ਕਿ ਜਿਸ ਦੇ ਵਿੱਚ ਬੇਹਿਸਾਬ ਔਰ ਬੇਸ਼ੁਮਾਰ ਬਿਜਲੀ ਡਮਣ ਦੇ ਵਾਕਿਆਤ ਹੋਏ ਔਰ ਅਮਵਾਤ ਹੋਈਆਂ। ਅਤੇ ਅੱਲਾ ਸਾਡੇ ਹਾਲ 'ਤੇ ਰਹਿਮ ਕਰੇ, ਅਸੀਂ ਬਸ ਸਾਡੇ ਅਮਾਲ ਹੀ ਕੁਛ ਇਸ ਕਿਸਮ ਦੇ ਨੇ। ਅਤੇ ਅੱਜ ਕਰਾਚੀ ਨਾਜ਼ਿਮਾਬਾਦ ਵੇਖੋ ਨਾ ਜੀ, ਸ਼ਹਿਰਾਂ ਦੇ ਵਿੱਚ ਪਹਿਲੇ ਦਿਹਾਤਾਂ 'ਚ ਉੱਧਰ ਬਿਜਲੀ ਡਾਣੀ ਹੈ, ਹੁਣ ਸ਼ਹਿਰਾਂ ਦੇ ਵਿੱਚ ਬਿਜਲੀ ਡਮਣ ਨਾਲ ਘਰ ਦੀ ਛੱਤ ਅਤੇ ਦੀਵਾਰਾਂ ਦੇ ਵਿੱਚ ਦਰਾੜਾਂ ਪੈ ਗਈਆਂ ਹਨ ਅਤੇ ਬਹੁਤ ਖੌਫਨਾਕ ਧਮਾਕਾ ਹੋਇਆ ਜਿਸ ਦੀ ਵਜ੍ਹਾ ਤੋਂ ਲੋਕ ਘਰੋਂ ਬਾਹਰ ਨਿਕਲ ਆਏ। ਅਤੇ ਬਹਰਹਾਲ ਅੱਲਾ ਦਾ ਬੜਾ ਕਰਮ ਹੋਇਆ, ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਹ ਜੀ ਨਾਜ਼ਿਮਾਬਾਦ, ਨਵਾਂ ਨਾਜ਼ਿਮਾਬਾਦ, ਉਸ ਵਿੱਚ ਫਿਰੋਜ਼ਉਦੀਨ ਨਾਮੀ ਬੰਦਾ ਉਸਦੇ ਘਰ ਦੇ ਉੱਤੇ ਬਿਜਲੀ ਡੱਠੀ ਅਤੇ ਬਾਕੀ ਸਾਰੇ ਲੋਕ ਡਰ ਗਏ। 2 ਬਿਜਲੀ ਦੇ ਮੀਟਰ ਹੀ ਉਹਨਾਂ ਦੇ ਡਹਿ ਗਏ ਜੀ। ਉਸ ਤੋਂ ਬਾਅਦ ਪੁਲਿਸ ਪਹੁੰਚ ਗਈ, ਪੁਲਿਸ ਪਹੁੰਚ ਕੇ ਉੱਥੇ ਕੀ ਕਰਿਆ ਜੀ, ਇਹ ਤਾਂ ਅੱਲਾ ਦੇ ਕੰਮ ਹੈ। ਅਤੇ ਮਾਸ਼ਾਅੱਲਾ ਜੀ, ਅਸੀਂ ਵਜ਼ੀਰ ਆਲਾ ਸਾਹਿਬਾ ਜਿਹੜਾ ਨਾ ਉਹ ਰੋਟੀ ਦੀ ਕੀਮਤ 16 ਰੁਪਏ ਮੁਕਰਰ ਕਰ ਦਿੱਤੀ, ਔਰ 16 ਰੁਪਏ ਮੁਕਰਰ ਕਰਕੇ ਅਤੇ ਉਹਨਾਂ ਐਲਾਨ ਕਰਤਾ ਜੀ, ਅੱਜ ਤੋਂ ਬਾਅਦ ਪੂਰੇ ਸੂਬੇ ਦੇ ਵਿੱਚ ਰੋਟੀ 16 ਰੁਪਏ ਹੋ ਸੀ। ਲੇਕਿਨ ਨਾਨ ਬਾਈ ਐਸੋਸੀਏਸ਼ਨ 16 ਰੁਪਏ 'ਚ ਰੋਟੀ ਵੇਚਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਦਾ ਆਖਣ ਹੈ ਜੀ ਕਿ 2200 ਰੁਪਏ ਦਾ ਜਿਸ ਟਾਈਮ ਆਟਾ ਹੈ ਅਤੇ ਉਸ ਟਾਈਮ ਰੋਟੀ 20 ਰੁਪਏ ਦੀ ਹੈ, ਆਟਾ 2800 ਦਾ ਹੋ ਗਿਆ ਅਤੇ ਉਸ ਵੇਲੇ ਵੀ ਕੀਮਤ ਨਹੀਂ ਵਧਾਈ ਗਈ। ਬਿਜਲੀ ਅਤੇ ਗੈਸ ਦੀਆਂ ਕੀਮਤਾਂ ਵਿੱਚ ਡਬਲ ਇਜ਼ਾਫਾ ਹੋ ਗਿਆ ਅਤੇ ਕਿਸੇ ਸੂਰਤ 'ਚ ਰੋਟੀ ਅਸੀਂ 16 ਰੁਪਏ ਦੀ ਫਰੋਖਤ ਨਹੀਂ ਕਰਨੀ। ਅਤੇ ਇਹ ਜੀ ਅੱਜ ਕੁਛ ਚੰਦ ਚੀਦਾ ਚੀਦਾ ਖਬਰਾਂ ਜਿਹੜੀਆਂ ਕਿ ਨਜ਼ਰ ਤੋਂ ਗੁਜ਼ਰੀਆਂ ਨੇ ਉਹ ਤੁਹਾਡੇ ਨਾਲ ਸ਼ੇਅਰ ਕੀਤੀਆਂ ਹਨ। ਅਤੇ ਤੁਸੀਂ ਦੱਸਣਾ ਜ਼ਰੂਰ ਹੈ
अगर ते तुसा को ये सिलसिला चंगा लगना ते इसको जारी रखसा ते मजीद गुजारिश है कि इस चैनल को तुसी सब्सक्राइब करो ते वीडियो को लाइक करो, शेयर करो, कमेंट करो ते अपनी कोई तजवीज़ है तो वो भी असडे नाल शेयर करो। जिंदगी रही तो कल बात तुसरी खिदमत हाजिर हो सा, उस वक्त तक इजाज़त दो। अल्लाह हाफिज़।